ਮਾਤਾ ਜੀ ਕੀ ਲੱਗਦੇ ਸੀ ਤੁਹਾਡੇ? PRTC ਦੇ ਬੱਸ ਡਰਾਈਵਰ ਦੀ ਇੱਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। PRTC ਬੱਸ ਦਾ ਡਰਾਈਵਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਹੀ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਹੀਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਹਿਚਾਣ ਜਤਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 35 ਸਾਲ ਦੀ ਹੈ। ਜਤਿੰਦਰ ਸਿੰਘ ਮਾਂ ਦਾ ਇਕਲੌਤਾ ਹੀ ਸਹਾਰਾ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁੱਤ ਦੇ ਸਹਾਰੇ ਹੀ ਮਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰੇ ਮਾਂ ਨੇ ਆਪਣੇ ਪੁੱਤ ਨੂੰ ਘਰੋਂ ਡਿਊਟੀ ਤੇ ਜਾਣ ਲਈ ਰਵਾਨਾ ਕੀਤਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਘਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਹੀ ਕਿਸੇ ਅਣਪਛਾਤੇ ਵਾਹਨ ਨੇ ਜਤਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ। ਜਦੋਂ ਮਾਂ ਨੇ ਆਪਣੇ ਪੁੱਤ ਦੀ ਲਾਸ਼ ਨੂੰ ਸੜਕ ਤੇ ਵੇਖਿਆ ਤਾਂ ਉਸਦੇ ਪੈਰਾਂ ਦੇ ਹੇਠੋਂ ਜ਼ਮੀਨ ਹੀ ਖਿਸਕ ਗਈ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਕਿਉਂਕਿ ਮਾਂ ਆਪਣੇ ਪੁੱਤ ਦੇ ਸਹਾਰੇ ਹੀ ਜ਼ਿੰਦਗੀ ਬਤੀਤ ਕਰ ਰਹੀ ਸੀ ਅਤੇ ਪੁੱਤ ਵੀ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਜਤਿੰਦਰ ਸਿੰਘ ਨਾਭਾ ਦਾ ਰਹਿਣ ਵਾਲਾ ਹੈ। ਇਸ ਮੌਕੇ ਰਾਹਗੀਰਾਂ ਨੇ ਦੱਸਿਆ ਕਿ ਇਹ ਸੜਕ ਹਾਦਸਾ ਕੁਝ ਸਮਾਂ ਪਹਿਲਾਂ ਹੀ ਵਾਪਰਿਆ, ਕਿਉਂਕਿ ਸਵੇਰੇ ਸੜਕ ਤੇ ਇੱਥੇ ਕੁਝ ਵੀ ਨਹੀਂ ਸੀ। ਕਿਸੇ ਵਾਹਨ ਚਾਲਕ ਨੇ ਇਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਇਸ ਦੀ ਮੌਤ ਹੋਈ ਹੈ। ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮੌਕੇ ਨਾਭਾ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੀ ਕੰਮ ਕੀ ਕਰਦੇ ਸੀ? ਕਿੰਨੀ ਉਮਰ ਕਿੰਨੀ ਹੈ ਇਹਨਾਂ ਦੀ? ਕੀ ਹੋਈ ਆ ਮਾਤਾ ਜੀ? ਸਵੇਰੇ 5 ਵਜੇ ਆਇਆ ਡਿਊਟੀ ਤੇ। ਜੀ ਕੌਣ ਹੈ ਜੀ ਘਰ ਦੇ ਵਿੱਚ? ਹੋਰ ਕੌਣ ਕੌਣ ਹੈ? ਕੋਈ ਨਹੀਂ, ਵੱਡਾ ਵੱਡਾ ਕਨੇਡਾ। ਅੱਛਾ ਜੀ, ਇਹਨਾਂ ਦੀ ਮੈਰਿਜ ਹੋਈ ਹੋਈ ਸੀ ਜਾਂ ਇਕੱਲੀ ਸੀ? ਅੱਛਾ ਜੀ, ਡਿਊਟੀ ਤੋਂ ਆ ਰਿਹਾ ਜੀ ਵੀਰੇ, 5:30 ਵਜੇ, 5:30 ਵਜੇ ਘਰੋਂ ਚੱਲਦੇ ਨੇ। ਅੱਛਾ ਜੀ, 5:40 ਦੇ ਫੋਨ ਵੀ ਹੋਇਆ, ਇੰਟਰਨੈਟ ਨਾਲ ਗੱਲ ਹੋਈ ਆ ਡਿਊਟੀ ਤੋਂ ਵੀ, ਚਲੋ ਆ ਰਹੇ ਹਾਂ, ਪਰ ਕਿਸੇ ਕੋਈ ਫੇਟ ਮਾਰ ਗਿਆ ਵੀਰੇ। ਪਰ ਉਹ ਮੇਰੇ ਨਾਲ 35 ਸਾਲ। ਕੀ ਨਾਮ ਹੈ? ਜਤਿੰਦਰ ਸਿੰਘ ਜੀ, ਡਰਾਈਵਰ ਆ ਮੇਰਾ, PRTC ਡਰਾਈਵਰ ਆ ਵੀਰੇ। PRTC 'ਚ ਜੋਬ ਕਰਦੇ ਨੇ? ਜੋਬ ਕਰਦੇ ਨੇ, ਸਰਕਾਰੀ ਜੋਬ ਆ ਵੀਰੇ। ਅੱਛਾ, ਤੁਸੀਂ ਕਨੈਕਟਰ ਸੀ ਉਸ ਵਾਸਤੇ? ਲੁਧਿਆਣਾ ਡਿਪੂ ਆ ਵੀਰੇ ਸਾਡਾ। ਕਿਹੜੇ ਰੂਟ ਤੇ ਚੱਲਦੇ ਸੀ ਇਹ? ਅਸੀਂ ਨਵਾਂ ਸ਼ਹਿਰ ਲਾ ਕੇ ਆਉਂਦੇ ਜੀ। ਲੁਧਿਆਣੇ ਤੋਂ ਨਵਾਂ ਸ਼ਹਿਰ ਜਾਂਦੇ ਹਾਂ। ਕਿੰਨੇ ਕੁ ਵਜੇ ਦੀ ਘਟਨਾ ਹੋਈ ਆ? ਇਹ 5:40-45 ਦਾ ਟਾਈਮ ਹੈ। ਪਤਾ ਲੱਗਿਆ ਕਿ ਕਾਹਦੇ ਵਿੱਚ ਜਿਹੜਾ ਲੱਗੇ ਆ? ਕੁਛ ਵੀ ਨਹੀਂ ਪਤਾ ਲੱਗਿਆ ਵੀਰੇ, ਮੋਟਰਾਂ ਦੇ ਸਿਰ 'ਚ ਸੱਟ ਲੱਗੀ ਪਈ ਆ, ਪਰ ਕੁਛ ਨਹੀਂ ਪਤਾ ਲੱਗਿਆ ਵੀਰੇ। ਨਹੀਂ, ਇਹਦੀ ਫੈਮਿਲੀ ਸਾਰੀ ਬਾਹਰੇ ਗਈ ਪਿਆ, ਇਕੱਲੀ ਮਾਂ ਆਇਆ ਕਰੇ, ਬਸ ਉਹਨੂੰ ਫੋਨ ਕਰਦਾ, ਮੈਂ ਫੋਨ ਕਰਦਾ, ਮਾਤਾ ਜੀ ਇੱਥੇ ਪਹੁੰਚ ਗਏ, ਇੱਥੇ ਪਹੁੰਚ ਗਏ, ਅਸੀਂ ਆ ਰਹੇ ਹਾਂ, ਸ਼ਾਮ ਨੂੰ ਘਰੇ ਆ ਰਹੇ ਹਾਂ, ਇੱਥੇ ਪਹੁੰਚ, ਟੈਨਸ਼ਨ ਨਾ ਲਿਓ, ਉਹ ਵਿਚਾਰੀ ਇਕੱਲੀ ਰੋ ਰਹੀ ਆ ਬੈਠੀ ਉਹਨਾਂ ਉੱਤੇ। ਇਹ ਸਵੇਰੇ 5:30 ਵਜੇ ਦੀ ਘਟਨਾ ਹੋਈ ਹੋਈ ਹੈ ਜੀ ਇਹ। ਹਾਂਜੀ, ਇਹ ਜਤਿੰਦਰ ਸਿੰਘ ਆਇਆ, ਸਨ ਆਫ ਹਰਬੰਸ ਸਿੰਘ ਵਾਸੀ ਕੌਸਲ ਵਿਹਾਰ ਨਾਭਾ, ਜਿਹੜਾ ਰੋਡ ਐਕਸੀਡੈਂਟ ਹੋਇਆ, ਇਹਦੀ ਤਫਤੀਸ਼ ਜਾਰੀ ਆ, ਕੈਮਰਿਆਂ ਦੇ ਥਰੂ ਇਹਨਾਂ ਨੂੰ ਦੇਖਿਆ ਜਾਊਗਾ, ਹਜੇ ਕੋਈ ਪਤਾ ਨਹੀਂ ਹੈ ਇਸ ਬਾਰੇ। ਕੀ ਮਾਮਲਾ ਕੀ ਹੈ, ਦਰਜ ਕੀਤਾ ਜਾਊਗਾ ਮਾਮਲਾ? ਇਹਦੇ ਰਿਸ਼ਤੇਦਾਰ ਘਰ ਦੇ ਆ ਰਹੇ ਨੇ, ਜੋ ਵੀ ਕਾਰਵਾਈ ਕਰਾਉਣਗੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।